हाँ जी, सत श्री अकाल जी। मैं रीनाती मान ते उम्मीद करते हैं कि तुसी सारे ठीक ठाक होवोगे। ते लगातार जिथे अमृतपाल सिंह महरू दे वल्लों कई बाबियां दे भेत खोल दिते ने कि किस तरीके दे नाल धर्म दी आड़ दे विच गंदियां घटिया हरकतां कीतियां जा रहियां ने। पहला चरण घाट वाले एक बाबे दा खुलासा होया, फिर एक होर बाबे जिहड़ा 8-9 साल दे बच्चे दे नाल कुकर्म करदा, उस तो बाद एक होर कॉल रिकॉर्डिंग लगातार सोशल मीडिया के उत्ते वायरल हो रही है। रिकॉर्डिंग सुन के तुसी अपने कन्नां दे विच उंगला दे लवोंगे कि अजिहे लोग ने जिहड़े कि धर्म नू बदनाम कर रहे ने, धर्म की आड़ दे विच गंदे काम कर रहे ने। जी हाँ, एक वीडियो जिहड़ी कि वायरल हो रही है, सॉरी माफ करना, कॉल रिकॉर्डिंग जिहड़ी कि वायरल हो रही है, जिहड़ी कि कुलदीप सिंह मजारी वाले की कॉल रिकॉर्डिंग यह दसी जा रही है। हालांकि चलो जिस तरीके दे नाल इह वायरल हो रही है उसके आधार ते ही असीं तुहाडे नाल जिहड़ी कि गल कर रहे हैं, जिस दे विच इक लड़की दे नाल उह गलबात करदा नज़र आ रहा है। नाले तां उहनूं पुत कहिंदा नज़र आ रहा है, ते नाले उस दे नाल गलत तरीके दे नाल मिलण दे वास्ते भी बुलाया जा रहा है, भी आ जा, बहुत टाइम हो गया, तू बाबे नूं प्यार नहीं करदी, मतलब कि इदां दीआं गल्लां कीतीआं जा रहीआं जिस नूं सुण के खुद नूं शर्म आ जांदी है कि अजकल हो की रिहा। जेकर तुसीं अजिहा ਜਿਹੀ ਅਸ਼ਲੀਲਤਾ ਫੈਲਾਉਣੀ ਹੈ, ਜਿਹੇ ਅਸ਼ਲੀਲਤਾ ਭਰੇ ਕੰਮ ਹੀ ਕਰਨੇ ਨੇ, ਫਿਰ ਘੱਟੋ ਘੱਟ ਤੁਸੀਂ ਗੁਰੂ ਦਾ ਬਾਣਾ ਪਾ ਕੇ ਅੰਮ੍ਰਿਤਧਾਰੀ ਹੋ ਕੇ ਤਾਂ ਅਜਿਹੇ ਕੰਮ ਨਾ ਕਰੋ। ਤੁਸੀਂ ਕਿਉਂ ਅਜਿਹੇ ਪੁੱਠੇ ਸਿੱਧੇ ਕੰਮ ਕਰਕੇ ਤੁਸੀਂ ਜਿਹੜਾ ਕਿ ਸਿੱਖ ਧਰਮ ਨੂੰ ਢਾਲ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ? ਤੁਹਾਡੇ ਵਰਗੇ ਲੋਕ ਨੇ ਜਿਨ੍ਹਾਂ ਕਰਕੇ ਅਜਿਹੀਆਂ ਜਿਹੜੀਆਂ ਕਿ ਗੱਲਾਂ ਹੁੰਦੀਆਂ ਨੇ, ਤੁਹਾਡੇ ਵਰਗੇ ਲੋਕ ਹੀ ਬਦਨਾਮ ਕਰਦੇ ਨੇ। ਬਹੁਤੀ ਗੱਲ ਅਸੀਂ ਬਾਅਦ 'ਚੋਂ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਕਾਲ ਰਿਕਾਰਡਿੰਗ ਸੁਣ ਲਈਏ। ਖੈਰ ਦੱਸਦੀ ਹੈ ਕਿ ਇਹ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸਦੇ ਆਧਾਰ ਤੇ ਅਸੀਂ ਇਹ ਸੋਸ਼ਲ ਮੀਡੀਆ ਤੋਂ ਹੀ ਤੁਹਾਡੇ ਅੱਗੇ ਜਿਹੜੀ ਕਿ ਸ਼ੇਅਰ ਕੀਤੀ ਹੈ। ਦਿਖਾਉਣ ਦਾ ਮਤਲਬ ਇਹ ਹੈ ਕਿ ਅੱਜ ਕੱਲ੍ਹ ਹੋ ਕੀ ਰਿਹਾ, ਕਿਉਂ ਲੋਕ ਧਰਮ ਦੀ ਆੜ ਦੇ ਵਿੱਚ ਅਜਿਹੇ ਪੁੱਠੇ ਕੰਮ ਕਰ ਰਹੇ ਨੇ। ਦੂਜਿਆਂ ਨੂੰ ਤਾਂ ਇਹ ਦਿਖਾਉਣਾ ਕਿ ਅਸੀਂ ਤਾਂ ਗੁਰਸਿੱਖ ਬੰਦੇ ਹਾਂ, ਅਸੀਂ ਤਾਂ ਅਜਿਹਾ ਮਾੜਾ ਕੰਮ ਕਰਦੇ ਨਹੀਂ। ਅਜਿਹੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਾਂ ਹੋਰਾਂ ਦੇ ਸਾਹਮਣੇ ਅਜਿਹੇ ਲੋਕ ਨਸੀਹਤ ਦਿੰਦੇ ਨੇ, ਪਰ ਆਪ ਕੀ ਕਰ ਰਹੇ ਨੇ? ਅਜਿਹੀਆਂ ਚੀਜ਼ਾਂ ਜਦੋਂ ਅਜਿਹੇ ਲੋਕਾਂ ਦੇ ਚਿਹਰੇ ਬੇਨਕਾਬ ਹੁੰਦੇ ਨੇ ਨਾ, ਫਿਰ ਪਤਾ ਲੱਗਦਾ। ਤਾਂ ਅੱਜ ਕੱਲ੍ਹ ਦੇਖਿਆ ਜਾ ਰਿਹਾ ਸਾਡੇ ਗੁਰੂਆਂ ਨੇ ਸਾਨੂੰ ਸਿੱਖੀ ਆਪਣੀਆਂ ਕੁਰਬਾਨੀਆਂ ਦੇ ਕੇ ਦਿੱਤੀ ਹੈ, ਨਾ ਕਿ ਤੁਹਾਡੇ ਵਰਗੇ ਜੋ ਅਜਿਹੇ ਗੰਦ ਪਾ ਰਹੇ ਨੇ, ਜੋ ਕਿ ਸਿੱਖ ਧਰਮ ਢਾਲ ਲਗਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹੋਗੇ? ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।